ਜੀ ਜਿਹੜਾ ਸੁਨੀਲ ਜਾਖੜ ਨੇ ਦਲਿਤਾਂ ਦੇ ਖਿਲਾਫ ਬਿਆਨ ਦਿੱਤਾ ਉਹਦੇ ਬਾਰੇ ਕੀ ਕਹੋਗੇ? ਬਈ ਮੈਂ ਸੁਨੀਲ ਜਾਖੜ ਹੋਰਾਂ ਨੂੰ ਇਹ ਉਹਨਾਂ ਦੀ ਕਰਤੂਤ ਦਿਖਾਉਣਾ ਚਾਹੁੰਦਾ ਜਿਹੜਾ ਕਿ ਉਹਨਾਂ ਨੇ ਇੱਕ ਪ੍ਰਾਈਵੇਟ ਚੈਨਲ ਦੇ ਉੱਪਰ ਬੋਲਦਿਆਂ ਕਿਹਾ ਇਹ ਸੁਨੀਲ ਜਾਖੜ ਜੀ ਤੁਸੀਂ ਕੀ ਬੋਲ ਰਹੇ ਹੋ? सुनील जाखड़ जी ਇਹ ਜਿਹੜਾ ਘਟਿਆ ਤੁਸੀਂ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਦਲਿਤਾਂ ਦੇ ਖਿਲਾਫ, ਕੀ ਤੁਹਾਡੀ ਮਾਨਸਿਕਤਾ ਖੋ ਬੈਠੀ ਹੈ? ਕੀ ਤੁਹਾਡੀ ਇਨਸਾਨੀਅਤ ਮਰ ਚੁੱਕੀ ਹੈ? ਮੈਂ ਤੁਹਾਨੂੰ ਇਹ ਗੱਲ ਦੀ ਬੇਨਤੀ ਕਰਨਾ ਜਾ ਰਿਹਾ ਹਾਂ ਕਿ ਫੌਰੀ ਤੌਰ ਦੇ ਉੱਪਰ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੇ ਕੋਲੋਂ ਮਾਫ਼ੀ ਮੰਗੋ, ਅਦਰਵਾਈਜ਼ ਬਾਬਾ ਸਾਹਿਬ ਦੀ ਕੌਮ ਕਾਂਗਰਸ ਹਾਈਕਮਾਂਡ ਨੂੰ ਮਜਬੂਰ ਕਰੇਗੀ ਕਿ ਤੁਹਾਨੂੰ ਕਾਂਗਰਸ ਪਾਰਟੀ ਚੋਂ ਬਾਹਰ ਕੱਢਿਆ ਜਾਏ। ਅਗਰ ਕਾਂਗਰਸ ਪਾਰਟੀ ਇਹ ਤੁਹਾਡੇ ਖਿਲਾਫ ਕਾਰਵਾਈ ਨਹੀਂ ਕਰਦੀ ਔਰ ਤੁਸੀਂ ਮਾਫ਼ੀ ਨਹੀਂ ਮੰਗਦੇ ਤੇ ਦਲਿਤ ਸਮਾਜ ਫੌਰੀ ਤੌਰ ਤੇ ਉੱਪਰ ਇੱਕ ਵੱਡੀ ਮੀਟਿੰਗ ਕਰਕੇ ਤੁਹਾਡੇ ਖਿਲਾਫ ਜਹਾਜ਼ ਛੇੜੇਗਾ।